ਮੁਲਜ਼ਮ ਸੀਗਾ ਜੀ, ਜਿਹੜਾ ਕਿ ਸਾਨੂੰ ਅੰਮ੍ਰਿਤਸਰ ਰੂਰਲ ਪੁਲਿਸ ਨੂੰ 4 ਕਤਲ 'ਚ ਇੱਕ 307 ਦਾ ਕੇਸ ਸੀ, ਜਿਹਦੇ 'ਚ 2 ਬੰਦੇ ਬੜੇ ਸੀਰੀਅਸ ਜ਼ਖਮੀ ਹੋਏ ਸੀ, ਉਹਨਾਂ 'ਚ ਲੋੜੀਂਦਾ ਸੀਗਾ। ਕੱਲ੍ਹ ਇਹਨੂੰ ਅਰੈਸਟ ਕੀਤਾ ਗਿਆ ਸੀਗਾ ਔਰ ਇਹਨੇ ਆਪਣੀ ਇੰਟਰੋਗੇਸ਼ਨ ਦੇ ਦੌਰਾਨ ਦੱਸਿਆ ਕਿ ਮੈਂ ਹੈਰੋਇਨ ਲੁਕੋਈ ਹੋਈ ਆ, 2 KG ਹੈਰੋਇਨ ਸੀਗੀ, ਅਤੇ ਕਿਉਂਕਿ ਰਾਤ ਲੇਟ ਸੀ ਤਾਂ ਸਵੇਰੇ ਤਕਰੀਬਨ 8:30-9 ਵਜੇ ਦੇ ਕਰੀਬ ਜਦੋਂ ਅਸੀਂ ਮੇਰਾ ਰਿਕਵਰੀ ਲਈ ਲੈ ਕੇ ਆਏ ਸੀਗੇ, ਅਤੇ ਉੱਥੇ ਇਹਨੇ ਅਸਲਾ ਵੀ ਲੁਕੋਇਆ ਹੋਇਆ ਸੀ। ਇਹਨੇ ਉਸੇ ਵੇਲੇ ਆਪਦੇ ਅਸਲੇ ਨਾਲ ਹੱਥਕੜੀ ਵੀ ਲੱਗੀ ਹੋਈ ਸੀ ਅਤੇ ਫਾਇਰ ਕੀਤਾ। ਜਿਹੜਾ ਮੁਲਾਜ਼ਮ ਨੇ ਉਹਦੇ ਉੱਥੇ ਗੋਲੀ ਵੱਜੀ, ਇੱਕ ਮੁਲਾਜ਼ਮ ਦੇ ਸਾਡੇ ਦੇ ਜ਼ਖਮੀ ਹੋ ਗਿਆ, ਇਹ ਹੱਥਕੜੀ ਸਮੇਤ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ। ਇੱਕ ਪੁਲਿਸ ਆਫਿਸਰ ਦੀ ਪੱਗ 'ਚ ਵੀ ਗੋਲੀ ਲੱਗੀ ਸਾਡੇ, ਉਹਦਾ ਵੀ ਬਚਾਅ ਹੋ ਗਿਆ ਅਤੇ ਪੁਲਿਸ ਨੇ ਸੈਲਫ ਡਿਫੈਂਸ ਫਾਇਰ ਕੀਤਾ ਅਤੇ ਇਹਦੀ ਉੱਥੇ ਇਹਦੀ ਡੈਥ ਹੋ ਗਈ ਆ। ਅਤੇ ਇਹ ਇਹ ਅੱਜ ਦਾ ਜਿਹੜਾ ਸਵੇਰ ਦਾ ਵਾਕਿਆ, ਇਹ ਮੁਕਾਬਲਾ ਹੈ ਕਿ ਕੀ ਗੱਲ ਹੈ? ਮੁਕਾਬਲਾ ਜੀ, ਇਹਨੂੰ ਤੁਸੀਂ ਸਰ ਇਕੱਲਾ ਨਹੀਂ ਤਾਂ ਕੋਈ ਨਾਲ ਹੋਰ ਵੀ ਇਕੱਲਾ? ਮੈਂ ਤਾਂ ਦੱਸ ਰਿਹਾ ਜੀ, ਰਾਤ ਇਹਨੂੰ ਇਹਦੀ ਕੱਲ੍ਹ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਵੱਲੋਂ, ਬਕਾਇਦਾ ਇਹ ਇਹਦੀ ਅਰੈਸਟ ਪਾਈ ਹੋਈ ਸੀਗੀ ਔਰ ਅੱਜ ਸਵੇਰੇ ਰਿਕਵਰੀ ਵੇਲੇ ਇਹ ਚੀਜ਼ ਹੋਈ। ਜਿਹੜੇ ਇੰਜਰਡ ਹੋਏ ਜੀ ਸੀਰੀਅਸ ਨੇ? ਜਿਹੜੇ ਇੰਜਰਡ ਹੋਏ ਨਾਲ? ਹਾਂ, ਜਿਹੜਾ ਮੁਲਾਜ਼ਮ ਜ਼ਖਮੀ ਆ ਉਹ ਸੀਰੀਅਸ ਇੰਜਰਡ ਆ ਜੀ, ਔਰ ਇੱਕ ਫੋਰਚੂਨੇਟਲੀ ਸਾਡਾ ਬਚਾਅ ਹੋ ਗਿਆ ਜੀ ਪੱਗ 'ਚ। ਹਥਿਆਰ 9mm ਦਾ ਇੰਪੋਰਟਿਡ ਪਿਸਟਲ ਆ ਜੀ, ਔਰ 31 ਬੋਰ ਦੀਆਂ ਵੀ ਸਾਨੂੰ ਗੋਲੀਆਂ ਮਿਲੀਆਂ, 2 ਕਿਲੋ ਹੈਰੋਇਨ ਮਿਲੀ ਆ। ਇਹਦਾ ਨਾਂ ਅਮਰਜੀਤ ਅਮਰੀ, ਇਹਨੂੰ ਉਹ ਲੈਂਬਰ ਕਹਿੰਦੇ ਆ, ਇਹ ਆਪਣਾ ਭੰਗਵਾਂ ਪਿੰਡ ਆ ਇੱਥੇ ਜੰਡਿਆਲੇ 'ਚ, ਉੱਥੋਂ ਦਾ ਇਹ ਰਹਿਣ ਵਾਲਾ ਜੀ। ਕਿਸੇ ਗੈਂਗ ਦੇ ਨਾਲ ਸੰਬੰਧਿਤ ਹੈਗਾ? ਹਾਂ, ਇਹ ਗੈਂਗ ਆ ਜੀ, ਜਿਹੜਾ ਇੱਥੇ ਸਾਡਾ ਨੋਟੋਰੀਅਸ ਕ੍ਰਿਮੀਨਲ ਆ। ਅਗੇਨ ਸਾਨੂੰ ਕਈ ਕੇਸਿਸ 'ਚ ਵਾਂਟਿਡ ਆ, ਹੈਪੀ ਜਿਹੜਾ ਇਹਨੂੰ ਹੈਪੀ ਏਲੀਅਸ ਜੱਟ ਵੀ ਕਹਿੰਦੇ ਆ, ਉਹਦਾ ਇਹ ਸਾਥੀ ਆ, ਕਲੋਜ਼ ਐਸੋਸੀਏਟ ਸੀਗਾ। ਔਰ ਇਹਦੇ ਨਾਲ ਦੇ ਇਹਨਾਂ ਕਤਲਾਂ 'ਚ ਜਿਹੜੇ ਪਹਿਲੇ ਮੁਲਜ਼ਮ ਸੀਗੇ ਉਹ ਗ੍ਰਿਫਤਾਰ ਹੋ ਗਏ ਹੋਏ ਆ। ਇੱਕ ਨੂੰ ਅਸੀਂ ਗੋਆ ਤੋਂ ਫੜ ਕੇ ਲਿਆਏ ਸੀਗੇ, ਦੋਵਾਂ ਨੂੰ ਪਹਿਲੋਂ ਅਰੈਸਟ ਕਰ ਚੁੱਕੇ ਹਾਂ ਅਸੀਂ, ਅਤੇ ਇਹ ਇੱਕ ਉਹਦਾ ਮੇਨ ਸ਼ੂਟਰ ਰਹਿੰਦਾ ਸੀਗਾ ਜੀ। ਅਤੇ ਇਹ ਕਿੰਨੇ ਘੰਟੇ ਮੁਕਾਬਲਾ ਚੱਲਿਆ ਜੀ? ਘੰਟੇ ਤੁਸੀਂ ਹੁਣ ਐਗਜੈਕਟ, ਹੁਣ ਸਾਰਾ ਹੁਣ ਅਸੀਂ ਪਹੁੰਚੇ ਹੀ ਹਾਂ ਜੀ, ਸਾਰੀ ਚੀਜ਼ ਦਾ ਅਸੀਂ ਦੇਖ ਰਹੇ ਹਾਂ, ਸਾਰੀ ਜੋ ਵੀ ਕਾਨੂੰਨੀ ਕਾਰਵਾਈ ਨੂੰ ਅਮਲ 'ਚ ਲੈ ਕੇ ਆ ਗਿਆ। ਦੱਸਿਆ ਜਾ ਰਿਹਾ ਐਸਐਚਓ ਦੇ ਉੱਪਰ ਵੀ ਜਿਹੜੀ ਫਾਇਰਿੰਗ, ਅੰਮ੍ਰਿਤਪਾਲ ਹਾਂਜੀ, ਦੱਸਿਆ ਜਾ ਰਿਹਾ ਐਸਐਚਓ ਦੇ ਉੱਪਰ ਵੀ ਜਿਹੜੀ ਫਾਇਰਿੰਗ ਕੀਤੀ ਗਈ ਹੈ। ਦੇਖੋ ਮੈਂ ਤੁਹਾਨੂੰ ਸਿਰਫ ਇਹ ਦੱਸ ਰਿਹਾ ਜੀ, ਸਾਡੀ ਪੁਲਿਸ ਟੀਮ ਸੀਗੀ, ਪੁਲਿਸ ਟੀਮ ਦੇ ਇੱਕ ਸਾਡਾ ਪੁਲਿਸ ਆਫਿਸਰ ਜ਼ਖਮੀ ਹੋਇਆ, ਸੀਰੀਅਸ ਜ਼ਖਮੀ ਹੋਇਆ ਜੀ, ਉਹਨੂੰ ਅਸੀਂ ਇਮੀਡੀਏਟਲੀ ਹੋਸਪਿਟਲ ਸ਼ਿਫਟ ਕੀਤਾ ਹੋਇਆ, ਔਰ ਇੱਕ ਸਾਡੇ ਪੁਲਿਸ ਆਫਿਸਰ ਦੇ ਪੱਗ 'ਤੇ ਗੋਲੀ ਲੱਗ ਕੇ ਲੰਘੀ, ਉਹ ਬਚਾਅ ਹੋ ਗਿਆ ਜੀ ਸਾਡਾ। ਹਾਂਜੀ, ਜਿਹੜੇ ਇੰਜਰਡ ਹੋਏ ਉਹਨਾਂ ਦਾ ਨਾਮ? ਮੁਲਜ਼ਮ ਸੀਗਾ ਜੀ, ਜਿਹੜਾ ਕਿ ਸਾਨੂੰ ਅੰਮ੍ਰਿਤਸਰ ਰੂਰਲ ਪੁਲਿਸ ਨੂੰ 4 ਕਤਲ 'ਚ ਇੱਕ 307 ਦਾ ਕੇਸ ਸੀ, ਜਿਹਦੇ 'ਚ 2 ਬੰਦੇ ਬੜੇ ਸੀਰੀਅਸ ਜ਼ਖਮੀ ਹੋਏ ਸੀ, ਉਹਨਾਂ 'ਚ ਲੋੜੀਂਦਾ ਸੀਗਾ। ਕੱਲ੍ਹ ਇਹਨੂੰ ਅਰੈਸਟ ਕੀਤਾ ਗਿਆ ਸੀਗਾ ਔਰ ਇਹਨੇ ਆਪਣੀ ਇੰਟਰੋਗੇਸ਼ਨ ਦੇ ਦੌਰਾਨ ਦੱਸਿਆ ਕਿ ਮੈਂ ਹੈਰੋਇਨ ਲੁਕੋਈ ਹੋਈ ਆ, 2 KG ਹੈਰੋਇਨ ਸੀਗੀ, ਅਤੇ ਕਿਉਂਕਿ ਰਾਤ ਲੇਟ ਸੀ ਤਾਂ ਸਵੇਰੇ ਤਕਰੀਬਨ 8:30-9 ਵਜੇ ਦੇ ਕਰੀਬ ਜਦੋਂ ਅਸੀਂ ਮੇਰਾ ਰਿਕਵਰੀ ਲਈ ਲੈ ਕੇ ਆਏ ਸੀਗੇ, ਅਤੇ ਉੱਥੇ ਇਹਨੇ ਅਸਲਾ ਵੀ ਲੁਕੋਇਆ ਹੋਇਆ ਸੀ। ਇਹਨੇ ਉਸੇ ਵੇਲੇ ਆਪਦੇ ਅਸਲੇ ਨਾਲ ਹੱਥਕੜੀ ਵੀ ਲੱਗੀ ਹੋਈ ਸੀ ਅਤੇ ਫਾਇਰ ਕੀਤਾ। ਜਿਹੜਾ ਮੁਲਾਜ਼ਮ ਨੇ ਉਹਦੇ ਉੱਥੇ ਗੋਲੀ ਵੱਜੀ, ਇੱਕ ਮੁਲਾਜ਼ਮ ਦੇ ਸਾਡੇ ਦੇ ਜ਼ਖਮੀ ਹੋ ਗਿਆ, ਇਹ ਹੱਥਕੜੀ ਸਮੇਤ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ। ਇੱਕ ਪੁਲਿਸ ਆਫਿਸਰ ਦੀ ਪੱਗ 'ਚ ਵੀ ਗੋਲੀ ਲੱਗੀ ਸਾਡੇ, ਉਹਦਾ ਵੀ ਬਚਾਅ ਹੋ ਗਿਆ ਅਤੇ ਪੁਲਿਸ ਨੇ ਸੈਲਫ ਡਿਫੈਂਸ ਫਾਇਰ ਕੀਤਾ ਅਤੇ ਇਹਦੀ ਉੱਥੇ ਇਹਦੀ ਡੈਥ ਹੋ ਗਈ ਆ। ਅਤੇ
ਇਹ ਇਹ ਅੱਜ ਦਾ ਜਿਹੜਾ ਸਵੇਰ ਦਾ ਵਾਕਿਆ ਇਹ ਮੁਕਾਬਲਾ ਹੈ ਕੀ ਗੱਲ ਹੈ ਮੁਕਾਬਲਾ ਜੀ ਇਹਨੂੰ ਤੁਸੀਂ ਸਰ ਇਕੱਲਾ ਹੀ ਦਾ ਕੋਈ ਨਾਲ ਹੋਰ ਵੀ ਇਕੱਲਾ ਮੈਂ ਤਾਂ ਦੱਸ ਰਿਹਾ ਜੀ ਰਾਤ ਇਹਨੂੰ ਇਹਦੀ ਕੱਲ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਵੱਲੋਂ ਬਕਾਇਦਾ ਇਹ ਜਿਹੜੀ ਅਰੈਸਟ ਪਾਈ ਹੋਈ ਸੀਗੀ ਔਰ ਅੱਜ ਸਵੇਰੇ ਰਿਕਵਰੀ ਵੇਲੇ ਇਹ ਚੀਜ਼ ਹੋਈ ਹਾਂ ਜਿਹੜਾ ਮੁਲਾਜ਼ਮ ਜ਼ਖਮੀ ਆ ਉਹ ਸੀਰੀਅਸ ਇੰਜਰਡ ਆ ਜੀ ਔਰ ਇੱਕ ਫੋਰਚੁਨੇਟਲੀ ਸਾਡਾ ਬਚਾਅ ਹੋ ਗਿਆ ਉਹਦੀ ਪੱਗ 'ਚ ਹਥਿਆਰ 9mm ਦਾ ਇੰਪੋਰਟਿਡ ਪਿਸਟਲ ਆ ਜੀ ਔਰ 31 ਬੋਰ ਦੀਆਂ ਵੀ ਸਾਨੂੰ ਗੋਲੀਆਂ ਮਿਲੀਆਂ 2 ਕਿਲੋ ਹੈਰੋਇਨ ਮਿਲੀ ਆ ਇਹਦਾ ਨਾਂ ਅਮਰਜੀਤ ਅਮਰੀ ਇਹਨੂੰ ਉਹ ਲੈਂਬਰ ਕਹਿੰਦੇ ਆ ਇਹ ਆਪਣਾ ਭੰਗਵਾਂ ਪਿੰਡ ਆ ਇੱਥੇ ਜੰਡਿਆਲੇ 'ਚ ਉੱਥੋਂ ਦਾ ਇਹ ਰਹਿਣ ਵਾਲਾ ਜੀ ਕਿਸੇ ਗੈਂਗ ਦੇ ਨਾਲ ਸੰਬੰਧਿਤ ਹੈਗਾ ਹਾਂ ਇਹ ਗੈਂਗ ਆ ਜੀ ਜਿਹੜਾ ਇੱਥੇ ਸਾਡਾ ਨੋਟੋਰੀਅਸ ਕ੍ਰਿਮੀਨਲ ਆ ਅਗੇਨ ਸਾਨੂੰ ਕਈ ਕੇਸਿਸ 'ਚ ਵਾਂਟਿਡ ਆ ਹੈਪੀ ਜਿਹੜਾ ਇਹਨੂੰ ਹੈਪੀ ਏਲੀਅਸ ਜੱਟ ਵੀ ਕਹਿੰਦੇ ਆ ਉਹਦਾ ਇਹ ਸਾਥੀ ਆ ਕਲੋਜ਼ ਐਸੋਸੀਏਟ ਸੀਗਾ ਔਰ ਇਹਦੇ ਨਾਲ ਦੇ ਇਹਨਾਂ ਕਤਲਾਂ 'ਚ ਜਿਹੜੇ ਪਹਿਲੇ ਮੁਲਜ਼ਮ ਸੀਗੇ ਉਹ ਗ੍ਰਿਫਤਾਰ ਹੋ ਗਏ ਹੋਏ ਆ ਇੱਕ ਨੂੰ ਅਸੀਂ ਗੋਆ ਤੋਂ ਫੜ ਕੇ ਲਿਆਏ ਸੀਗੇ ਦੋਵਾਂ ਨੂੰ ਪਹਿਲੋਂ ਅਰੈਸਟ ਕਰ ਚੁੱਕੇ ਹਾਂ ਅਸੀਂ ਅਤੇ ਇਹ ਇੱਕ ਉਹਦਾ ਮੇਨ ਸ਼ੂਟਰ ਰਹਿੰਦਾ ਸੀਗਾ ਜੀ ਅਤੇ ਇਹ ਕਿੰਨੇ ਘੰਟੇ ਮੁਕਾਬਲਾ ਚੱਲਿਆ ਜੀ ਘੰਟੇ ਤੁਸੀਂ ਹੁਣ ਐਗਜੈਕਟ ਹੁਣ ਸਾਰਾ ਹੁਣ ਅਸੀਂ ਪਹੁੰਚੇ ਹੀ ਹਾਂ ਜੀ ਸਾਰੀ ਚੀਜ਼ ਦਾ ਅਸੀਂ ਦੇਖ ਰਹੇ ਹਾਂ ਅਤੇ ਸਾਰੀ ਜੋ ਵੀ ਕਾਨੂੰਨੀ ਕਾਰਵਾਈ ਨੂੰ ਅਮਲ 'ਚ ਲੈ ਕੇ ਆ ਰਹੇ ਹਾਂ ਦੱਸਿਆ ਜਾ ਰਿਹਾ ਐਸ ਐਚ ਓ ਦੇ ਉੱਪਰ ਵੀ ਜਿਹੜੀ ਫਾਇਰਿੰਗ ਅੰਮ੍ਰਿਤਪਾਲ ਅੰਮ੍ਰਿਤਪਾਲ ਅੰਮ੍ਰਿਤ ਹਾਂਜੀ ਦੱਸਿਆ ਜਾ ਰਿਹਾ ਐਸ ਐਚ ਓ ਦੇ ਉੱਪਰ ਵੀ ਜਿਹੜੀ ਫਾਇਰਿੰਗ ਕੀਤੀ ਗਈ ਹੈ ਦੇਖੋ ਮੈਂ ਤੁਹਾਨੂੰ ਸਿਰਫ ਇਹ ਦੱਸ ਰਿਹਾ ਜੀ ਸਾਡੀ ਪੁਲਿਸ ਟੀਮ ਸੀਗੀ ਪੁਲਿਸ ਟੀਮ ਦੇ ਇੱਕ ਸਾਡਾ ਪੁਲਿਸ ਆਫਿਸਰ ਜ਼ਖਮੀ ਹੋਇਆ ਸੀਰੀਅਸ ਜ਼ਖਮੀ ਹੋਇਆ ਜੀ ਉਹਨੂੰ ਅਸੀਂ ਇਮੀਡੀਏਟਲੀ ਹੋਸਪਿਟਲ ਸ਼ਿਫਟ ਕੀਤਾ ਹੋਇਆ ਔਰ ਇੱਕ ਸਾਡੇ ਪੁਲਿਸ ਆਫਿਸਰ ਦੇ ਪੱਗ 'ਤੇ ਗੋਲੀ ਲੱਗ ਕੇ ਨੰਗੀ ਉਹ ਬਚਾਅ ਹੋ ਗਿਆ ਜੀ ਸਾਡਾ ਹਾਂਜੀ ਜਿਹੜੇ ਇੰਜਰਡ ਉਹਨਾਂ ਦਾ ਨਾਮ